नमस्कार दर्शकों, मैं किरण वशिष्ठ तुहाड़ा स्वागत करता खबर बात दोपहर दे विच। जेकर असी गल कर रहे अज थर्मल प्लांटा की जो कि बठिंडा ते रोपड़ दे विच बंद करन दी गल पंजाब सरकार वल्लों कही गई, तो उस तो बाद जो थर्मल प्लांटा विच काम करने वाले कर्मचारी सीगे उन्होंने रोस प्रदर्शन करने शुरू कर दिते ने तां जो उन्होंने नौकरियां सेफ रहन। हालांकि पंजाब सरकार वल्लों कहा जा रहा है कि उन्होंने सब नूं नौकरियां सेफ ने, परंतु इस दे चलदे होए थर्मल प्लांटा के जो वर्कर ने अपने फैमलियां दे नाल रोस प्रदर्शन करते हुए रोज़ दिखते रहते। हुण रोपड़ दे विच अज उत्थे दे थर्मल प्लांट मुलाजमां ने इकट्ठे हो के धरना प्रदर्शन किया, जिस दे विच साथ देने लई ओपोजिशन दे नामवार लीडर सुखपाल सिंह खैरा उन्हां दा साथ देने लई उत्थे पहुंचे, ते उत्थे पहुंच के उन्होंने माइक संभालदे हुए साफ तौर पर पंजाब सरकार नूं खरियां खरियां सुनाईयां। की कुछ कहा सुखपाल सिंह खैरा ने, आओ तुसीं वी वेखो। इह जिहड़ा थर्मल प्लांट है ये पंजाब दा, पंजाब दी एक शान दा चिन्ह है। जो इस देश दे विच सारे देश विच हनेरा सीगा उदो बठिंडे च गुरु नानक साहब दे उन्हां दी याद विच अते रोपड़ विच ये सारे थर्मल प्लांट बनाए गए, और इन्हां दी बदौलत अज जो तुसीं देख रहे हो पंजाब दी तरक्की दा जो इस वक्त तुहानूं दृश्य नजर आ रहा, ਉਹਦੇ ਵਿੱਚ ਰੋਪੜ ਥਰਮਲ ਪਲਾਂਟ, ਬਠਿੰਡਾ ਥਰਮਲ ਪਲਾਂਟ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਬਿਜਲੀ ਤੋਂ ਬਗੈਰ ਤਾਂ ਕੁਛ ਵੀ ਨਹੀਂ ਚੱਲਦਾ। ਸਰਕਾਰਾਂ ਦਾ ਕੰਮ ਮੁਨਾਫਾ ਕਮਾਉਣਾ ਨਹੀਂ ਗਾ। ਜੋ ਅੱਜ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਕਿ ਇਹ ਘਾਟੇ ਦੇ ਸੌਦੇ ਨੇ ਤੇ ਮੈਂ ਵਾਧੇ ਦਾ ਸੌਦਾ ਕਰਨ ਜਾ ਰਿਹਾ, ਉਹ ਅਸਲ ਵਿੱਚ ਪੰਜਾਬ ਤੇ ਲੋਕਾਂ ਦੀ ਨਬਜ ਨਹੀਂ ਸਮਝ ਪਾ ਰਹੇ। ਬਹੁਤ ਸਾਰੀਆਂ ਗੱਲਾਂ ਸਰਕਾਰਾਂ ਲੋਕਾਂ ਦੇ ਹਿੱਤ ਵਿੱਚ ਘਾਟਾ ਖਾ ਕੇ ਵੀ ਕਰਦੀਆਂ ਨੇ। ਜੋ ਆਪਾਂ ਜੋ ਸਰਕਾਰਾਂ ਦਾ ਮੁੱਢਲੀ ਜ਼ਿੰਮੇਵਾਰੀ ਹੈ ਸਮਾਜ ਭਲਾਈ, ਸੋਸ਼ਲ ਵੈਲਫੇਅਰ, ਲੇਕਿਨ ਜੋ ਇਸ ਕਾਂਗਰਸ ਸਰਕਾਰ ਨੇ ਔਰ ਵਿਸ਼ੇਸ਼ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ, ਕਿਉਂਕਿ ਉਹ ਇਲੈਕਸ਼ਨ ਲੜੇ ਸੀ ਬਠਿੰਡੇ ਤੋਂ, ਜੋ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਉਹ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਆ। ਆਪਾਂ ਇਹਨਾਂ ਦੀਆਂ ਤਕਰੀਰਾਂ ਸੁਣੀਆਂ, ਇਲੈਕਸ਼ਨ ਮੈਨੀਫੈਸਟੋ ਦੇ ਸਫਾ ਨੰਬਰ 98-99 ਤੇ ਕਾਂਗਰਸ ਨੇ ਬਹੁਤ ਮਜ਼ਬੂਤੀ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਬਣਾਓ, ਅਸੀਂ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਨੂੰ ਨਾ ਸਿਰਫ ਬੰਦ ਨਹੀਂ ਹੋਣ ਦਿਆਂਗੇ, ਉਹਨਾਂ ਨੂੰ ਮਜ਼ਬੂਤ ਕਰਾਂਗੇ, ਤੇ ਜਿਹੜੇ ਪ੍ਰਾਈਵੇਟ ਪਲਾਂਟ ਲੱਗੇ ਨੇ ਪਿਛਲੇ ਅਕਾਲੀਆਂ ਦੇ ਰਾਜ ਵਿੱਚ, ਜਿਹੜੇ ਚਾਹੇ ਉਹ ਰਾਜਪੁਰੇ ਦਾ ਪਲਾਂਟ ਹੈ, ਚਾਹੇ ਤਲਵੰਡੀ ਸਾਬੋ ਦਾ ਪਲਾਂਟ ਹੈ, ਚਾਹੇ ਉਹ ਗੋਇੰਦਵਾਲ ਦਾ ਪਲਾਂਟ ਹੈ, ਇਹਨਾਂ ਸਾਰੇ ਪਲਾਂਟਾਂ ਦੇ ਪਾਵਰ ਪਰਚੇਜ ਅਗਰੀਮੈਂਟ ਉਹਨਾਂ ਤੇ ਮੁੜ ਨਜ਼ਰਸਾਨੀ ਕਰਾਂਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਵਿਰੋਧ ਵਿੱਚ ਸੀਗੇ ਉਦੋਂ ਅਕਸਰ ਉਹਨਾਂ ਨੇ ਕਿਹਾ, ਅਤੇ ਹੋਰ ਵੀ ਕਾਂਗਰਸ ਦੇ ਲੀਡਰ ਜਿੱਦਾਂ ਸੁਨੀਲ ਜਾਖੜ ਦਾ ਜ਼ਿਕਰ ਹੋਇਆ, ਇਹਨਾਂ ਦੇ ਤੁਸੀਂ ਬਿਆਨ ਕੱਢ ਲਓ, ਇਹਨਾਂ ਨੇ ਵਾਰ ਵਾਰ ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪ੍ਰਾਈਵੇਟ ਥਰਮਲ ਪਲਾਂਟ ਇਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਇਹਦੇ ਵਿੱਚੋਂ ਕਮਿਸ਼ਨ ਲੈ ਕੇ ਅਤੇ ਬਿਜਲੀ ਮਹਿੰਗੀ ਪੈਦਾ ਕਰਨ ਵਾਲੇ ਪ੍ਰਾਈਵੇਟ ਪਲੇਅਰਸ ਨੂੰ ਪੰਜਾਬ ਵਿੱਚ ਲੈ ਕੇ ਆਉਂਦਾ, ਔਰ ਉਹਦੇ ਨਾਲ ਪੰਜਾਬ ਦਾ ਵਿੱਤੀ ਨੁਕਸਾਨ ਕੀਤਾ। ਔਰ ਇਸ ਕਰਕੇ ਜਦੋਂ ਕਾਂਗਰਸ ਦੀ ਸਰਕਾਰ ਬਣੇਗੀ ਅਸੀਂ ਸਾਰੇ ਪ੍ਰਾਈਵੇਟ ਪਾਵਰ ਅਗਰੀਮੈਂਟਸ ਉਹਨਾਂ ਨੂੰ ਰਿਵਿਊ ਕਰਾਂਗੇ। ਔਰ ਉਹ ਵੀ ਤੁਹਾਨੂੰ ਤੱਥ ਯਾਦ ਹੋਵੇਗਾ ਕਿ ਜਦੋਂ ਰਾਣਾ ਗੁਰਜੀਤ ਆ ਜਿਹੜਾ ਮੁੱਛਾਂ ਵਾਲਾ ਮੰਤਰੀ ਜਿਹੜਾ ਹੁਣੇ ਫੜ ਕੇ ਲਾਇਆ ਆਪਾਂ ਕੰਨੋਂ, ਉਸਨੇ ਇੱਕ ਬਿਆਨ ਦਿੱਤਾ ਕਿ ਜਿਹੜੇ ਪੀਪੀਏਸ ਕੀਤੇ ਗਏ ਨੇ ਪ੍ਰਾਈਵੇਟ ਕੰਪਨੀਆਂ ਨਾਲ ਉਹਨਾਂ ਨੂੰ ਛੇਤੀ ਰਿਵਿਊ ਕੀਤਾ ਜਾਵੇਗਾ। ਇਹ ਪਾਵਰ ਮਿਨਿਸਟਰ ਦਾ ਬਿਆਨ ਵੀ ਆਪਾਂ ਸਾਰਿਆਂ ਨੇ ਅੱਛੀ ਤਰ੍ਹਾਂ ਸੁਣਿਆ। ਅਸਲ 'ਚ ਇਸ ਬਿਆਨ ਦਾ ਮਤਲਬ ਕੀ ਸੀਗਾ? ਇਸ ਬਿਆਨ ਦਾ ਮਤਲਬ ਇਹ ਸੀਗਾ ਕਿ ਜਿੰਨੇ ਤੁਸੀਂ ਪ੍ਰਾਈਵੇਟ ਪਲੇਅਰਸ ਹੋ ਸਾਡੇ ਨਾਲ ਆਣ ਕੇ ਸੌਦਾ ਕਰ ਲਓ, ਜਿਹੜਾ ਤੁਸੀਂ ਸੌਦਾ ਸੁਖਬੀਰ ਬਾਦਲ ਨਾਲ ਕੀਤਾ ਸੀਗਾ, ਵਰਨਾ ਤੁਹਾਡੇ ਇਹ ਪਾਵਰ ਜਿਹੜੇ ਅਗਰੀਮੈਂਟ ਆ ਅਸੀਂ ਇਹਨਾਂ ਨੂੰ ਰੱਦ ਕਰ ਦਿਆਂਗੇ। ਉਹਨਾਂ ਨੂੰ ਡਰਾਇਆ ਗਿਆ, ਭਰਾਓ ਸੱਤਾ ਤੁਹਾਡੇ ਤੋਂ ਹਾਸਲ ਕੀਤੀ, ਔਰ ਇਹ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਲਾਉਣ ਦੇ ਮਾਲਕ ਨੇ ਉਹ 1% ਲੋਕਾਂ ਵਿੱਚੋਂ ਆਉਂਦੇ ਨੇ ਜਿਹਨਾਂ ਨੇ ਇੱਥੇ ਆਣ ਕੇ ਪੰਜਾਬ ਦੇ ਵਿੱਚ ਲੁੱਟ ਕਸੁੱਟ ਦਾ ਮਨਸੂਬਾ ਬਣਾਇਆ। ਪਹਿਲਾਂ ਅਕਾਲੀਆਂ ਨੇ ਉਹਨਾਂ ਕੋਲੋਂ ਕਮਿਸ਼ਨ, ਹਿੱਸੇਦਾਰੀ, ਭਾਈਵਾਲਤਾ ਉਹ ਹਾਸਲ ਕੀਤੀ, ਔਰ ਹੁਣ ਕਾਂਗਰਸ ਨੇ ਇਸ ਸਰਕਾਰ ਦਾ ਦਬਾਅ ਪਾ ਕੇ ਤੁਹਾਡੇ ਇਹ ਸ਼ਾਨਦਾਰ ਲੋਕ ਹੇਤੂ ਆ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਪ੍ਰਾਈਵੇਟ ਪਲੇਅਰਸ ਨੂੰ ਮੁਨਾਫਾ ਦੇਣ ਦਾ ਤੇ ਹਿੱਸੇ ਖਾਣ ਦਾ ਕੰਮ ਕੀਤਾ। ਅਸਲ ਕਹਾਣੀ
ਜਿਹੜੀ ਜੜ ਹੈ ਇਸ ਸਮੱਸਿਆ ਦੀ, ਜਿਹੜੇ ਆਪਣੇ ਥਰਮਲ ਪਲਾਂਟ ਬੰਦ ਕੀਤੇ ਜਾ ਰਹੇ ਨੇ ਉਹ ਇਸ ਕਰਕੇ ਬੰਦ ਕੀਤੇ ਜਾ ਰਹੇ ਨੇ ਕਿਉਂਕਿ ਸਾਰੇ ਸਿਆਸਤਦਾਨ ਸਾਰੀਆਂ ਸਾਥ ਪਾਰਟੀਆਂ ਇਹਨਾਂ ਦਾ ਅੱਜ ਮਨਸੂਬਾ ਲੋਕਾਂ ਦੀ ਸੇਵਾ ਕਰਨਾ ਨੀਗਾ। ਅੱਜ ਇਹਨਾਂ ਦਾ ਮਨਸੂਬਾ ਟੀਚਾ ਕੇਵਲ ਤੇ ਕੇਵਲ ਵਪਾਰ ਕਰਨਾ ਹੈ ਭਰਾਓ। ਨੌਕਰੀ ਤਾਂ ਤੁਸੀਂ ਕੀ ਦੇਣੀ ਸੀ ਜਿਹਨਾਂ ਲੋਕਾਂ ਦੀ ਰੋਟੀ ਰੋਜ਼ ਹੀ ਚੱਲਦੀ ਸੀ, ਉਹਨਾਂ ਦੀਆਂ ਮੂੰਹਾਂ ਦੇ ਵਿੱਚੋਂ ਬੁਰਕੀਆਂ ਤੁਸੀਂ ਖੋਣ ਜਾ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਦੀ। ਇਹਦੇ ਨਾਲ ਵੱਡਾ ਫਰੇਬ, ਇਹਦੇ ਨਾਲ ਵੱਡਾ ਧੋਖਾ, ਇਹਦੇ ਨਾਲ ਵੱਡਾ ਵਿਸ਼ਵਾਸਘਾਤ ਤੁਸੀਂ ਪੰਜਾਬ ਦੇ ਲੋਕਾਂ ਨਾਲ ਨਹੀਂ ਸੀ ਕਰ ਸਕਦੇ। 2 ਯੂਨਿਟ ਰੋਪੜ ਥਰਮਲ ਪਲਾਂਟ ਦੇ ਬੰਦ ਕਰਤੇ ਔਰ 4 ਯੂਨਿਟ ਦੀ ਫੀਜ਼ੀਬਿਲਿਟੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਲ ਸੱਦ ਲਈ ਹੈ। ਇੱਕ ਬੋਗਸ ਫਰਜ਼ੀ ਸਬ ਕਮੇਟੀ ਬਣਾਈ ਜਾਵੇਗੀ, ਉਹਨਾਂ ਕੋਲੋਂ ਰਿਪੋਰਟ ਲਈ ਜਾਵੇਗੀ ਤੇ ਹੁਣ 4 ਯੂਨਿਟ ਜਿਹੜੇ ਨੇ ਥਰਮਲ ਪਲਾਂਟ ਦੇ ਬਕਾਇਆ ਉਹਨਾਂ ਨੂੰ ਵੀ ਬੰਦ ਕਰਨ ਦਾ ਫੈਸਲਾ ਸਰਕਾਰ ਨੇ ਲੈ ਲਿਆ। 1 ਸਾਲ ਵਿੱਚ ਬਿਜਲੀ ਪੈਦਾ ਸ਼ਾਇਦ ਤੁਸੀਂ ਦੱਸਿਆ 3 ਰੁਪਏ 60 ਪੈਸੇ 3 ਰੁਪਏ 60 ਪੈਸੇ ਤੇ ਜੇ ਮਨਪ੍ਰੀਤ ਸਿੰਘ ਬਾਦਲ ਤੁਸੀਂ ਕਹਿੰਦੇ ਆ ਕਿ 11 ਰੁਪਏ ਯੂਨਿਟ ਪੈ ਰਹੀ ਬਿਜਲੀ ਤੇ ਤੁਹਾਨੂੰ ਪ੍ਰਾਈਵੇਟ ਬਾਜ਼ਾਰਾਂ ਵਿੱਚੋਂ ਕਹਿੰਦੇ ਨੇ ਕਿ 3 ਤੋਂ ਲੈ ਕੇ 4 ਰੁਪਏ ਯੂਨਿਟ ਬਿਜਲੀ ਪੈਦਾ ਹੋ ਰਹੀ ਆ ਤੇ ਫਿਰ ਸਾਨੂੰ ਘਰਾਂ ਦੇ ਵਿੱਚ ਕੰਜ਼ਿਊਮਰਸ ਨੂੰ ਅਤੇ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਫਿਰ 7 ਰੁਪਏ ਤੋਂ ਲੈ ਕੇ 8 ਰੁਪਏ ਬਿਜਲੀ ਪੰਜਾਬ ਵਿੱਚ ਕਿਉਂ ਵੇਚੀ ਜਾ ਰਹੀ ਹੈ ਜੇ ਤੁਹਾਨੂੰ 2 ਰੁਪਏ 3 ਰੁਪਏ 4 ਰੁਪਏ ਪੈ ਰਹੀ ਆ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਵੀ ਬਿਜਲੀ ਜਿਹੜੀ ਆ ਉਹ ਵੱਧ ਤੋਂ ਵੱਧ 4-4.5 ਰੁਪਏ ਜੋ ਤੁਹਾਡੀ ਕੋਸਟ ਹੈ ਡਿਸਟ੍ਰੀਬਿਊਸ਼ਨ ਦੀ ਉਹ ਲਾ ਕੇ ਮਿਲਣੀ ਚਾਹੀਦੀ ਹੈ ਲੇਕਿਨ ਨਹੀਂ ਦਿੱਤੀ ਜਾ ਰਹੀ। ਭਰਾ ਅੱਜ ਸਾਡੀ ਪਾਰਟੀ ਦਾ ਪ੍ਰੋਗਰਾਮ ਨਹੀਂ ਗਾ, ਇਹ ਤੁਹਾਡਾ ਪ੍ਰੋਗਰਾਮ ਹੈ, ਲੋਕਾਂ ਦਾ ਪ੍ਰੋਗਰਾਮ ਹੈ ਔਰ ਇਹ ਤੁਹਾਡੀ ਸਪੋਰਟ ਵਿੱਚ ਅਸੀਂ ਆਏ। ਮੈਂ ਤੁਹਾਨੂੰ ਇਹ ਯਕੀਨ ਦਿਵਾਉਣ ਆਇਆ ਵਾਂ ਕਿ ਅਸੀਂ ਆਗਾਮੀ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ, ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੋਵੇਗਾ, ਹਾਲਾਂਕਿ ਹੈ ਤਾਂ ਉਹ ਡਰਾਮਾ ਹੁੰਦਾ ਵਾ, 6 ਮਹੀਨਿਆਂ ਬਾਅਦ ਕੇਵਲ 2-3 ਦਿਨ ਵਿਧਾਨ ਸਭਾ ਬੁਲਾਉਂਦੇ ਆ, 1 ਦਿਨ ਸ਼ਰਧਾਂਜਲੀ 15 ਮਿੰਟ ਪੜ੍ਹ ਕੇ ਉਦਣ ਦਾ ਸਦਨ ਖਤਮ ਕਰ ਦਿੰਦੇ ਆ ਤੇ 2 ਦਿਨਾਂ ਵਿੱਚ 6 ਮਹੀਨਿਆਂ ਦੀ ਕਿੰਨੀ ਕੁ ਕਾਰਗੁਜ਼ਾਰੀ ਲੋਕਾਂ ਦੇ ਜਿਹੜੇ ਮੁੱਦੇ ਨੇ ਪੱਖ ਦੇ, ਕਿਸਾਨਾਂ ਦੀਆਂ ਆਤਮਹੱਤਿਆ, ਬੇਰੁਜ਼ਗਾਰੀ, ਵਪਾਰ ਦਾ ਡਿੱਗਣਾ, ਸੜਕਾਂ ਦੇ ਐਕਸੀਡੈਂਟ, ਐਜੂਕੇਸ਼ਨ, ਹੈਲਥ ਕੇਅਰ ਦਾ ਤਹਿ ਢੇਰੀ ਹੋ ਜਾਣਾ ਪੰਜਾਬ, ਕਿਹੜੀ ਕਿਹੜੀ ਗੱਲ ਉੱਥੇ ਕਰਾਂਗੇ ਤੇ ਕਿਹੜੀ ਕਿਹੜੀ ਗੱਲ ਅਸੀਂ ਛੱਡਾਂਗੇ। ਪਰ ਫਿਰ ਵੀ ਮੈਂ ਤੁਹਾਨੂੰ ਯਕੀਨ ਦਿਵਾਉਣ ਆਇਆ ਕਿ ਸਾਡੇ ਜਿਹੜੇ ਟੋਪ ਦੇ 3 ਮੁੱਦੇ ਹੋਣਗੇ, ਪੰਜਾਬ ਦੀ ਵਿਧਾਨ ਸਭਾ ਦਾ ਚੱਕਾ ਜਾਮ ਤੁਹਾਡੇ ਵਾਸਤੇ ਕੀਤਾ ਜਾਵੇਗਾ, ਉਹ ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇਗਾ ਕਿ ਉਹ ਆਣ ਕੇ ਕਮਿਟਮੈਂਟ ਕਰੇ, ਦੱਸੇ, ਵਾਈਟ ਪੇਪਰ ਜਾਰੀ ਕਰੇ ਕਿ ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਕਿਉਂ ਬੰਦ ਕੀਤੇ ਜਾ ਰਹੇ ਨੇ। ਇਹ 2 ਰਵਾਇਤੀ ਪਾਰਟੀਆਂ ਨੇ ਵਾਰ ਵਾਰ ਪੰਜਾਬ ਨੂੰ ਲੁੱਟਿਆ ਵਾ, ਵਾਰ ਵਾਰ ਪੰਜਾਬ ਨੂੰ ਲੁੱਟਿਆ। ਆ ਰਾਣਾ ਗੁਰਜੀਤ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀਗਾ, ਇਹਨਾਂ ਲੋਕਾਂ ਦਾ ਪੰਜਾਬ ਦੀ ਸਿਆਸਤ ਨਾਲ ਕੀ ਸਰੋਕਾਰ ਹੈ? ਇਹ ਤਾਂ ਯੂਪੀ ਦਾ ਰਹਿਣ ਵਾਲਾ ਇੱਕ ਬੰਦਾ ਸੀਗਾ, ਐਨਕੇ ਸ਼ਰਮਾ ਅਕਾਲੀਆਂ ਦਾ ਜ਼ੀਰਕਪੁਰੋਂ ਦਾ ਕੀ ਸਰਕਾਰ ਸਰੋਕਾਰ ਹੈ ਪੰਜਾਬ ਦੀ ਰਾਜਨੀਤੀ ਨਾਲ? ਦੀਪ ਮਲਹੋਤਰਾ ਸ਼ਰਾਬ ਦਾ ਵਪਾਰੀ ਫਰੀਦਕੋਟ ਦਾ, ਉਹਦਾ ਕੀ ਸਰੋਕਾਰ ਹੈ? ਇਸ ਤਰ੍ਹਾਂ ਦੇ ਆਦਮੀ ਇਹਨਾਂ ਨੇ ਇੱਥੇ ਲੈ ਕੇ ਆਏ ਨੇ ਕਿਉਂਕਿ ਇਹਨਾਂ ਨੇ ਵੋਟਾਂ ਨੂੰ ਪੈਸੇ ਦਾ ਇੱਕ ਵਪਾਰ ਬਣਾ ਲਿਆ ਵਾ। 5-5, 7-7 ਕਰੋੜ ਰੁਪਈਆ ਚੋਣਾਂ ਤੇ ਖਰਚਦੇ ਨੇ ਔਰ ਜਦੋਂ ਫਿਰ ਸਰਕਾਰ ਬਣ ਜਾਂਦੀ ਆ ਤੇ ਫਿਰ 500 ਕਰੋੜ ਰੁਪਈਆ ਉਸਦਾ ਬਣਾਉਂਦੇ ਨੇ। ਜੇ ਕਿਤੇ ਤੁਸੀਂ, ਕਿਉਂਕਿ ਜੋ ਮੈਂ ਸਮਝਦਾ ਕਿ ਆ ਮੁੱਛੜ ਨੂੰ ਅਸੀਂ ਲਾਇਆ ਵਾ, ਇਹ ਮੇਰੀ ਤੇ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਗੀ, ਇਹ ਤੁਹਾਡੀ ਜਿੱਤ ਆ ਔਰ ਇਹ ਸੱਚ ਦੀ ਜਿੱਤ ਆ, ਇਹ ਭ੍ਰਿਸ਼ਟਾਚਾਰ ਦੀ ਹਾਰ ਹੋਈ ਆ। ਇਸ ਲਈ ਕੋਈ ਸੈਂਸੇਸ਼ਨਲ ਇਸ਼ੂ, ਕੋਈ ਇਸ ਤਰ੍ਹਾਂ ਦਾ ਮੁੱਦਾ ਕੱਢ ਲੈਂਦੇ ਨੇ ਜਿਹਦੇ ਤੇ ਸਾਰੇ ਹਿੰਦੁਸਤਾਨ ਦਾ ਧਿਆਨ ਜਾਤ ਪਾਤ ਧਰਮ ਦੀ ਲੜਾਈ ਬਣਾ ਕੇ ਆਪਾਂ ਸਾਰਿਆਂ ਨੂੰ ਵੰਡ ਕੇ ਵੋਟਾਂ ਦਾ ਆਪਣਾ ਕੰਮ ਪੂਰਾ ਕਰਕੇ ਤੇ ਮੁੜ ਕੇ ਸਾਨੂੰ ਅੰਗੂਠਾ ਦਿਖਾਉਂਦੇ ਨੇ ਭਰਾਓ। ਅੱਜ ਅਮਰਿੰਦਰ ਸਿੰਘ ਸਾਨੂੰ ਅੰਗੂਠਾ ਦਿਖਾ ਰਿਹਾ, ਮੈਂ ਉਹਦਾ ਬਿਆਨ ਪੜ੍ਹਿਆ ਪਰਸੋਂ ਚੌਥ, ਕਹਿੰਦਾ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਸਾਡਾ ਅਟਲ ਹੈ। ਅਟਲ ਨਹੀਂ ਹੋ ਸਕਦਾ ਕਿਉਂਕਿ ਇਹ ਜਮਹੂਰੀਅਤ ਦਾ ਢਾਂਚਾ ਵਾ, ਇਹ ਕੋਈ ਰਜਵਾੜਾ ਸ਼ਾਹੀ ਨਹੀਂ ਹੈ। ਉਹ ਕੀਤਾ ਜਾਵੇਗਾ ਜੋ ਪੰਜਾਬ ਦੀ ਕੋਈ ਪੰਜਾਬ ਜੱਦੀ ਜਾਇਦਾਦ ਨਹੀਂ ਹੈ, ਇਹ ਲੋਕਾਂ ਦੀ ਮਲਕੀਅਤ ਪੰਜਾਬ ਹੈ। ਸੋ ਥਰਮਲ ਪਲਾਂਟ ਦੇ ਕਰਮਚਾਰੀਆਂ ਦੇ ਨਾਲ ਪਹੁੰਚ ਕੇ ਉੱਥੇ ਪ੍ਰਦਰਸ਼ਨ ਦਾ ਹਿੱਸਾ ਬਣੇ ਸੁਖਪਾਲ ਸਿੰਘ ਖਹਿਰਾ ਅਤੇ ਇੱਥੇ ਪਹੁੰਚ ਕੇ ਉਹਨਾਂ ਨੇ ਜੋ ਕਾਂਗਰਸ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਨੇ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦਿੰਦੇ ਹੋਏ ਜੋ ਥਰਮਲ ਪਲਾਂਟ ਬੰਦ ਕੀਤੇ ਜਾ ਰਹੇ ਨੇ। ਇਸ ਦੇ ਉੱਪਰ ਸਾਫ਼ ਤੌਰ 'ਤੇ ਕਿਹਾ ਕਿ ਜੋ ਥਰਮਲ ਪਲਾਂਟ ਨੇ ਉਹ ਪੰਜਾਬ ਦੀ ਇੱਕ ਪਹਿਚਾਣ ਵੀ ਨੇ ਅਤੇ ਪੰਜਾਬ ਦੇ ਲੋਕਾਂ ਵਾਸਤੇ ਵੱਡਾ ਰੁਜ਼ਗਾਰ ਵੀ ਨੇ ਅਤੇ ਇਸ ਨੂੰ ਬੰਦ ਕਰਨਾ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਗਲਤੀ ਹੈ ਅਤੇ ਇਸ ਦੇ ਉੱਪਰ ਉਹਨਾਂ ਨੇ ਖਰੀਆਂ ਜਿਸ ਤਰੀਕੇ ਦੇ ਨਾਲ ਕਾਂਗਰਸ ਸਰਕਾਰ ਨੂੰ ਕਹੀਆਂ ਤੁਸੀਂ ਵੀ ਸੁਣੀਆਂ ਨੇ। ਸੋ ਦਰਸ਼ਕੋ, ਅਗਰ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਖਬਰ ਆ ਜੋ ਤੁਸੀਂ ਸਾਡੇ ਚੈਨਲ 'ਤੇ ਵਿਖਾਉਣਾ ਚਾਹੁੰਦੇ ਹੋ ਤਾਂ ਸਾਨੂੰ ਸੰਪਰਕ ਕਰ ਸਕਦੇ ਹੋ 62-80-38-27-30 ਦੇ ਉੱਪਰ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ khabar.dupair@gmail.com ਦੇ ਉੱਤੇ। ਇਸੇ ਤਰ੍ਹਾਂ ਵੇਖਦੇ ਰਹੋ A1 ਨਿਊਜ਼ ਹਰ ਸੱਚ ਤੁਹਾਡੇ ਤੱਕ ਅਤੇ ਵੇਖਦੇ ਰਹਿਣਾ A1 ਪੰਜਾਬੀ।
ਨਿਡਰ ਨਿਰਪੱਖ ਅਤੇ ਨਵੀਂ ਸੋਚ ਅਤੇ ਜਾਣਦੇ ਇੱਕ ਗੁਜ਼ਾਰਿਸ਼ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।